ਕੇ ਪਿਆਰ ਰੱਖੋ ਤੇ ਆਪਣਾ ਬੋਲ ਵੀ ਪਿਆਰ ਕਰਕੇ ਰੱਖੋ ਤੇ ਆਪਣਾ ਜਿਹੜਾ ਸਮਾਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਬਿਗੜੀ ਪੂਰੀ ਹੋ ਚੁੱਕੀ ਆ ਜਦੋਂ ਆਪਾਂ ਜਕਾਰਾ ਬੋਲਾਂਗੇ ਤੇ ਕਿਰਪਾ ਕਰਕੇ ਉਸ ਜਨ ਦਸਤਾਰ ਕਿਰਪਾ ਕਰਕੇ ਦਸਤਾਰ ਨੂੰ ਕੋਈ ਛੇੜਛਾੜ ਨਾ ਕੀਤੀ ਜਾਵੇ ਨਹੀਂ ਤਾਂ ਤੁਹਾਡੇ ਜਿਹੜੇ ਪੁਆਇੰਟ ਉਹ ਕੱਟ ਹੋਣਗੇ ਤੇ ਇਸ ਲਈ ਬੇਨਤੀ ਵੀ ਜਿੱਦਾਂ ਤੁਸੀਂ ਇੱਥੋਂ ਅੰਦਰੋਂ ਗਏ ਆ ਉਸ ਤਰ੍ਹਾਂ ਹੀ ਤੁਸੀਂ ਬਾਹਰ ਬੈਠਵਾਇਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹੁਣ ਜਦੋਂ ਜਕਾਰਾ ਬੋਲੂੰਗਾ ਤੇ ਸਮਾਂ ਤੁਹਾਡਾ ਸ਼ੁਰੂ ਆ ਜੀ ਬੋਲੇ ਸੋ ਨਿਹਾਲ ਦੂਸਰੇ ਗਰੁੱਪ ਦਾ ਜਿਹੜਾ ਸਮਾਂ ਸ਼ੁਰੂ ਹੋ ਚੁੱਕਿਆ ਵਾ ਬੇਨਤੀ ਆ ਵੀ ਤੁਹਾਡੇ ਕੋਲ 15 ਮਿੰਟ ਦਾ ਸਮਾਂ ਵਾ ਤੁਸੀਂ ਆਰਾਮ ਨਾਲ ਦਸਤਾਰ ਨੂੰ ਸਜਾਉਣਾ ਵਾ ਤੇ ਸਜਾ ਦਸਤਾਰ ਨੂੰ ਸਜਾਉਣਾ ਵਾ ਨਾਲੇ ਵੇਟਣਾ ਨਾ ਬੰਨਣਾ ਸਜਾਉਣੀ ਆ ਦਸਤਾਰ ਸੋਹਣੀ ਸੋ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਹੜੇ ਵੀਰ ਇੱਥੇ ਪਹੁੰਚੇ ਆ ਤੇ ਦਸਤਾਰ ਨੂੰ ਆਪਣਾ ਵਧੀਆ ਤਰੀਕੇ ਨਾਲ ਸਜਾਓ ਤੇ ਜਿਹੜੇ ਵੀਰ ਨੰਬਰਾਂ ਤੇ ਆਉਣਗੇ ਉਹਨਾਂ ਨੂੰ ਵਧੀਆ ਸਨਮਾਨ ਦਿੱਤਾ ਜਾਵੇਗਾ ਦੂਜੇ ਵੀਰਾਂ ਨੂੰ ਵੀ ਸਨਮਾਨ ਦਿੱਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਬੱਚੇ ਇੱਥੇ ਆਏ ਆ ਸਾਰੇ ਬੱਚਿਆਂ ਦਾ ਬਹੁਤ ਧੰਨਵਾਦ ਜੀ ਸੋ ਕਿਸੇ ਬੱਚੇ ਨੇ ਇਹ ਨਹੀਂ ਸੋਚਣਾ ਹੈਗਾ ਵੀ ਇੰਨੇ ਬੱਚੇ ਆਏ ਆ ਤਾਂ ਮੈਨੂੰ ਕੋਈ ਇਨਾਮ ਮਿਲੂਗਾ ਕਿ ਨਹੀਂ ਮਿਲੂਗਾ ਸੋ ਆਪਾਂ ਜਦੋਂ ਦੋ ਭਲਵਾਨ ਲੜਦੇ ਨੇ ਇੱਕ ਨੇ ਤਾਂ ਜਿੱਤਣਾ ਹੀ ਹੁੰਦਾ ਤੇ ਇੱਕ ਨੇ ਹਾਰਨਾ ਹੁੰਦਾ ਸੋ ਆਪਾਂ ਇੱਥੇ ਜਿੱਤਣਾ ਹਾਰਨ ਨਹੀਂ ਆਏ ਹੈਗੇ ਆਪਾਂ ਆਪਣੇ ਜਿਹੜਾ ਦਸਤਾਰ ਦਾ ਕੰਪੀਟੀਸ਼ਨ ਕਰਵਾ ਰਹੇ ਹਾਂ ਇਹਦਾ ਮਕਸਦ ਇਹੀ ਹੁੰਦਾ ਵੀ ਆਪਣੇ ਜਿਹੜੇ ਪ੍ਰੋਗਰਾਮ ਸਾਰਾ ਲਾਈਵ ਚੱਲ ਰਿਹਾ ਵਾ ਬਾਬਾ ਜੀ ਜਹਾਜ਼ ਸਿੰਘ ਦਸਤਾਰ ਕਲੱਬ ਦੇ ਪੇਜ ਤੇ ਸੋ ਹੋ ਸਕਦਾ ਵੀ ਤੁਹਾਨੂੰ ਦੇਖ ਕੇ ਕਿਸੇ ਹੋਰ ਬੰਦੇ ਦੇ ਦਿਲ ਦੇ ਵਿੱਚ ਵੀ ਆ ਜਾਵੇ ਕਿ ਮੈਂ ਵੀ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਤਾਜ ਸਿਰ ਤੇ ਸਜਾਵਾਂ ਤੇ ਆਪਣੇ ਆਪ ਨੂੰ ਸਾਬਤ ਸੂਰਤ ਦਸਤਾਰ ਦੇ ਨਾਲ ਸਰਦਾਰ ਸਰਦਾਰ ਘੁਮਾਵਾਂ ਸੋ ਦਾੜੀ ਕੁਛ ਰੱਖਣ ਨਾਲ ਜਾਂ ਸਿਰ ਤੇ ਪੱਗ ਬੰਨਣ ਨਾਲ ਬੰਦਾ ਸਰਦਾਰ ਨਹੀਂ ਹੁੰਦਾ ਕਿਰਦਾਰ ਨਾਲ ਸਰਦਾਰ ਹੁੰਦਾ ਸੋ ਆਪਾਂ ਕਿਰਦਾਰ ਆਪਣੇ ਨਾਲ ਜ਼ਰੂਰ ਰੱਖਣਾ ਜੀ
ਇੱਕ ਬੇਨਤੀ ਹੋਰ ਜੱਜ ਸਾਹਿਬਾਨ ਦੇ ਵੱਲੋਂ ਜੀ, ਜਿਹੜੇ ਵੀਰ ਦਮਾਲੇ ਵਾਲੇ ਅਗਲੇ ਗਰੁੱਪ ਦੇ ਵਿੱਚ ਹੈਗੇ ਆ, ਸੋ ਉਹ ਵੀਰ ਅਗਲੇ ਗਰੁੱਪ ਦੇ ਵਿੱਚ ਨਾ ਆਇਓ। ਇੱਕ ਵੀਰ ਹੁਣ ਦਮਾਲਾ ਸਜਾ ਰਹੇ ਆ, ਪਰ ਮੇਰੇ ਖਿਆਲ 'ਚ ਦੋ ਵੀਰ ਨੇ, ਸੋ ਬੇਨਤੀ ਆ ਵੀ ਦਮਾਲੇ ਵਾਲਿਆਂ ਦਾ ਬਾਅਦ ਵਿੱਚ ਕਰਵਾਇਆ ਜਾਏਗਾ। ਜਿਹੜੇ ਹੁਣ ਵੀਰ ਹੈਗੇ ਨੇ ਇਸ ਗਰੁੱਪ ਦੇ ਵਿੱਚ, ਕੋਈ ਕੰਮ ਨਹੀਂ, ਇਹਨਾਂ ਨੂੰ ਕਰ ਲੈਣ ਦਿਓ। ਅਗਲੇ ਗਰੁੱਪ ਦੇ ਵਿੱਚ ਮੇਰੇ ਵੀਰ ਪਹਿਲਾਂ ਦੱਸ ਦਿਓ ਵੀ ਦਮਾਲਾ ਕਿਹੜੇ ਵੀਰ ਨੇ ਸਜਾਉਣਾ ਵਾ, ਜਿਹੜਾ ਤੀਜਾ ਗਰੁੱਪ ਆਪਣਾ 34 ਤੋਂ ਲੈ ਕੇ 51 ਤੱਕ। ਸੋ ਵੀਰ ਨੇ ਜਕਾਰਾ 4 ਮਿੰਟ ਤੇ ਬੁਲਾ ਦਿੱਤਾ ਹੈ ਜੀ। ਸੋ ਦੂਜੇ ਵੀਰਾਂ ਨੂੰ ਬੇਨਤੀ ਆ ਵੀ ਉਹ ਆਪਣਾ ਆਰਾਮ ਨਾਲ ਦਸਤਾਰ ਨੂੰ ਸਜਾਓ, ਤਾਂ ਜੋ ਸੋਹਣੀ ਤੇ ਸੁੰਦਰ ਦਸਤਾਰ ਤੁਹਾਡੀ ਸਜੇ। ਹਾਂਜੀ, ਸਤਿ ਸ਼੍ਰੀ ਅਕਾਲ। ਸੋ 7 ਮਿੰਟ ਦਾ ਸਮਾਂ ਹਲੇ ਹੋਇਆ ਵਾ ਜੀ, ਵੀਰਾਂ ਨੂੰ ਬੇਨਤੀ ਹੈ ਵੀ ਤੁਹਾਡੇ ਕੋਲ ਹਜੇ 8 ਮਿੰਟ ਦਾ ਸਮਾਂ ਬਾਕੀ ਆ, ਸੋ ਆਰਾਮ ਨਾਲ ਦਸਤਾਰ ਨੂੰ ਸਜਾਓ। ਤੇ ਦਮਾਲੇ ਵਾਲਾ ਵੀਰ ਜੇ ਕੋਈ ਹੋਰ ਹੈਗਾ ਤਾਂ ਉਹ ਦੱਸ ਸਕਦਾ ਇੱਥੇ ਆ ਕੇ ਵੀ ਮੈਂ ਦਮਾਲਾ ਸਜਾਉਣਾ ਵਾ। ਸੋ ਉਹ ਅਗਲੇ ਆਪਣਾ ਜਿਹੜਾ ਗਰੁੱਪ, ਤੀਜਾ ਗਰੁੱਪ, ਉਹਦੇ ਵਿੱਚ ਨਾ ਐਂਟਰੀ ਕਰੇ, ਉਸ ਤੋਂ ਬਾਅਦ ਵਿੱਚ ਉਹਨਾਂ ਦਾ ਕਰਵਾਇਆ ਜਾਏਗਾ। ਸੋ ਹੁਣ ਬੈਚ ਨੰਬਰ ਜਿਹੜੇ ਵੱਡੇ ਸੀਨੀਅਰ ਗਰੁੱਪ ਵਾਲੇ ਵੀਰ ਦਾ ਨਾਮ ਮੈਂ ਅਨਾਊਂਸ ਕਰੂੰਗਾ ਜੀ, ਉਹ ਵੀਰ ਕਿਰਪਾ ਕਰਕੇ ਆਪਣਾ ਨਾਮ ਲੈ ਜਾਣ ਆਪਣਾ ਬੈਚ ਨੰਬਰ। ਸੋ 1 ਨੰਬਰ ਬੈਚ ਵੀਰ ਮਨਪ੍ਰੀਤ ਸਿੰਘ ਸਿਹਾਲਾ, ਉਮਰ 16 ਸਾਲ, ਮਨਪ੍ਰੀਤ ਸਿੰਘ ਸਿਹਾਲਾ। 2 ਨੰਬਰ ਵੀਰ ਲਵਪ੍ਰੀਤ ਸਿੰਘ ਸਿਹਾਲਾ। 3 ਨੰਬਰ ਤੇ 4 ਨੰਬਰ ਬੈਚ ਪਹਿਲਾਂ ਲੈ ਗਏ ਸੀ ਵੀਰ। ਸੋ 5 ਨੰਬਰ ਵੀਰ ਗੁਰਦੀਪ ਸਿੰਘ ਲੁਧਿਆਣੇ ਤੋਂ, ਉਮਰ 20 ਸਾਲ, ਵੀਰ ਗੁਰਦੀਪ ਸਿੰਘ। 6 ਕਰਮਜੀਤ ਸਿੰਘ ਦਿਆਲਪੁਰਾ,
ਕਰਮਜੀਤ ਸਿੰਘ ਦਿਆਲਪੁਰਾ, ਉਮਰ 16 ਸਾਲ, ਸੋਰੀ 17 ਸਾਲ, ਮਾਫੀ ਮੈਂ 17 ਸਾਲ। ਕਰਮਜੀਤ ਸਿੰਘ ਦਿਆਲਪੁਰੇ ਤੋਂ ਮੇਰਾ ਵੀਰ ਆਇਆ ਨਹੀਂ, ਉਮਰ 17 ਸਾਲ, ਬੈਚ ਨੰਬਰ 6। ਕਰਮਜੀਤ ਸਿੰਘ ਬੈਚ ਨੰਬਰ 7, ਵੀਰ ਰਾਜਵੀਰ ਸਿੰਘ ਲੁਧਿਆਣੇ ਤੋਂ, ਉਮਰ 16 ਸਾਲ, ਰਾਜਵੀਰ ਸਿੰਘ। ਇੱਕ ਵੀਰ ਦੇ ਕੋਲ ਪਿੰਨਾਂ ਨੇ, ਕਿਰਪਾ ਕਰਕੇ ਪਿੰਨਾਂ ਵਾਲਾ ਵੀਰ ਦੇ ਦੇਵੇ, ਪਿੰਨਾਂ ਕੇ ਬਖਸੂਏ। ਬੈਚ ਨੰਬਰ 8, ਵੀਰ ਪਰਮਿੰਦਰ ਸਿੰਘ ਸਮਰਾਲੇ ਤੋਂ, ਉਮਰ 16 ਸਾਲ, ਪਰਮਿੰਦਰ ਸਿੰਘ। ਸੋ ਜਿਹੜੇ ਬੱਚੇ ਦਸਤਾਰਾਂ ਸਜਾ ਰਹੇ ਨੇ ਉਹਨਾਂ ਨੂੰ ਦੱਸਦੇ ਵੀ 9 ਮਿੰਟ ਦਾ ਸਮਾਂ। ਗਲਤ ਗੱਲ ਹੈ, ਫਤਿਹ ਬਣਾਉਣੀ ਆਪਾਂ ਫਤਿਹ ਬਣਾਵਾਂਗੇ, ਉੱਥੇ ਤੇਰੀ ਬਣਾਉਣੀ ਕਿਵੇਂ, ਫਤਿਹ ਬਣਾਵਾਂਗੇ ਜਾ ਕੇ ਬਾਈ। ਠੀਕ ਹੈ ਖਾਲਸਾ, ਵਧੀਆ ਨੰਬਰ ਲੱਗ ਗਿਆ। ਉਮਰ 22 ਸਾਲ, ਅਮਰਤ ਸਿੰਘ। ਬੈਚ ਨੰਬਰ 14, ਵੀਰ ਗੁਰ ਸਾਹਿਬ ਸਿੰਘ। ਬੈਚ ਨੰਬਰ 19, ਪ੍ਰਭ ਇੱਕ ਸਿੰਘ ਧਲੋਟੀ ਤੋਂ, ਉਮਰ 20 ਸਾਲ। ਬੈਚ ਨੰਬਰ 20, ਵੀਰ ਹਰਦੀਪ ਸਿੰਘ ਭਰਥਲਾ, ਉਮਰ 16 ਸਾਲ। ਦੱਸੋ। ਬੈਚ ਨੰਬਰ 21, ਵੀਰ ਲਵਪ੍ਰੀਤ ਸਿੰਘ ਜਲੰਧਰ ਤੋਂ ਆਇਆ ਮੇਰਾ ਵੀਰ, ਬਹੁਤ ਦੂਰੋਂ ਆਇਆ, ਧੰਨਵਾਦ ਵੀਰ ਦਾ। ਵੀਰ ਲਵਪ੍ਰੀਤ ਸਿੰਘ ਜਲੰਧਰ, ਉਮਰ 16 ਸਾਲ। ਲਵਪ੍ਰੀਤ ਸਿੰਘ ਮੇਰੇ ਵੀ ਹੱਥ ਖੜਾ ਕਰਦੇ, ਕਿੱਧਰ ਨੇ ਲਵਪ੍ਰੀਤ ਸਿੰਘ? ਬੈਚ ਨੰਬਰ 22, ਵੀਰ ਅਰਸ਼ਪ੍ਰੀਤ ਸਿੰਘ ਸਮਰਾਲੇ ਤੋਂ, ਅਰਸ਼ਪ੍ਰੀਤ ਸਿੰਘ। ਬੈਚ ਨੰਬਰ 22 ਨੰਬਰ ਤੇ, ਉਮਰ 16 ਸਾਲ। ਮੇਰੇ ਵੀਰਾਂ ਦਾ ਸਮਾਂ 13 ਮਿੰਟ ਦਾ ਹੋ ਚੁੱਕਿਆ ਜੀ, 2 ਮਿੰਟ ਦਾ ਸਮਾਂ ਬਾਕੀ ਆ। ਸੋ ਵੀਰਾਂ ਨੂੰ ਬੇਨਤੀ ਵੀ ਆਪਣਾ ਲਾਸਟ ਲੜ ਲਾ ਲਓ,
ਤੇ ਸਿਰ ਆਪਣਾ ਢੱਕ ਲਾਠ ਲੜਦੇ ਹੀ ਬੈਠਾ ਜਿੱਦਾਂ ਸਾਢੇ 13 ਮਿੰਟ ਦਾ ਸਮਾਂ ਹੋ ਚੁੱਕਿਆ ਜੀ, ਵੀਰਾਂ ਦਾ 1.5 ਮਿੰਟ ਦਾ ਸਮਾਂ ਬਾਕੀ ਆ, ਸੋ ਆਰਾਮ ਨਾਲ ਸਜਾਓ ਮੇਰੇ ਵੀਰ। ਬੇਨਤੀ ਹੈ 55 ਤੱਕ ਫਿਰ ਤਿਆਰ ਰਹਿਣ, ਅਤੇ 14 ਮਿੰਟ ਦਾ ਸਮਾਂ ਹੋ ਚੁੱਕਿਆ ਜੀ, 1 ਮਿੰਟ ਦਾ ਸਮਾਂ ਬਾਕੀ ਆ, ਅਗਲੇ ਗਰੁੱਪ ਦੇ ਵੀਰ ਆਪਣੀ ਤੋੜੀ ਕਰਕੇ ਤਿਆਰ ਨੂੰ ਸਮਾਂ ਬਿਲਕੁਲ ਨਹੀਂ ਹੈ, ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਜਦੋਂ ਨਾਮ ਅਨਾਊਂਸ ਕਰਾਂਗੇ ਉਹ ਕਿਰਪਾ ਕਰਕੇ ਆਪਣੇ ਸ਼ੀਸ਼ਿਆਂ 'ਤੇ ਬੈਠ ਜਾਓ, ਨੰਬਰ ਵਾਲੀ ਵੀ ਬੈਠੋ, ਸੀਰੀਅਲ ਬੈਠੇ ਤੋਂ ਮੇਰੇ ਕੋਲ ਆ ਜਾਓ, ਇੱਧਰ ਸਮਾਂ ਰਹਿ ਗਿਆ ਤੁਹਾਡੇ ਕੋਲ ਜੀ 1/2 ਮਿੰਟ, ਜਦੋਂ ਮੈਂ ਜਕਾਰਾ ਬੁਲਾਊਂਗਾ ਤਾਂ ਕਿਰਪਾ ਕਰਕੇ ਉੱਠ ਹੀ ਖੜੇ ਹੋ ਜਾਇਓ। ਪੰਦਰਾਂ ਸੈਕਿੰਡ ਦਾ ਸਮਾਂ ਬਾਕੀ ਹੈ ਜੀ, ਸੋ 10 ਸੈਕਿੰਡ, 5 ਸੈਕਿੰਡ, 2 ਸੈਕਿੰਡ, ਉਹਨੇ